सिविल अस्पताल बठिंडा विखे डॉक्टर ने हड़ताल कर दी गई है, जिस कारण मरीज परेशान हो रहे हैं। जिथे डॉक्टर ने ओपीडी बंद की उत्थे नाल ही पर्चियां कटनिया बंद कर दित्तियां, जिस नाल मरीज काफ़ी परेशान हो रहे हैं। तो उत्थे मरीजों की गिणती विच भी काफ़ी वाधा हो गया, क्योंकि जो घटने सन वो घट नहीं रहे ते होर काफ़ी इकट्ठे हो गए हैं। काफ़ी मरीजों ने गलबात भी की, उन्होंने अपनिया समस्यावां कीतियां ते सरकार नूं भी उन्होंने कहा कि जो डॉक्टरों दीआं मंगां ने वो भी सुननियां चाहीदियां तां कि वो मरीजों नाल चंगी तरह देख सकन। की कहना है उत्थों दे मरीजों का तुहानूं सुणाउंदे आं। ਹਾਂਜੀ ਬਸ ਪਰੇਸ਼ਾਨੀ ਜੀ ਖੜੇ ਆ, ਹੁਣ ਘਰੋਂ ਤਾਂ ਪਤਾ ਨਹੀਂ ਸੀ ਵੀ ਹੈ ਅੱਜ ਹੜਤਾਲ ਆ। ਕੀ ਮੰਗ ਕਰਦੇ ਹੋ ਸਰਕਾਰ? ਬਸ ਜੀ ਮੰਗ ਆਹੀ ਆ ਵੀ ਮਰੀਜ਼ਾਂ ਦੇ ਇਲਾਜ ਹੋਣੇ ਚਾਹੀਦੇ ਆ ਤੇ ਵੀ ਵਧੀਆ ਦੇਖਭਾਲ ਹੋਵੇ। ਕੀ ਨਾਮ ਹੈ ਜੀ? ਮੇਰਾ ਨਾਮ ਬਲਵਾਜ ਲਾਲ ਹੈ ਜੀ। ਬਠਿੰਡੇ ਦਾ ਪਰਸਨਲ ਡਾਕਟਰ ਜੀ। ਕੀ ਕਰ ਰਹੇ ਹੋ? ਮੇਰੇ ਘਰ ਦੇ ਬਿਮਾਰ ਆ ਜੀ, ਇਹਨਾਂ ਦਾ ਮਤਲਬ ਅੱਡ ਪੈਰ ਜੁੜਦੇ ਆ। ਕਿੰਨੇ ਦਿਨ ਹੋ ਗਏ ਸਾਨੂੰ ਇੱਥੇ ਕੀੜੇ ਕੱਟ ਕੇ ਜਾਂਦੇ ਰਹਿੰਦੇ ਆ, ਸਾਡਾ ਨੰਬਰ ਹੀ ਨਹੀਂ ਆਉਂਦਾ। ਕਦੇ ਡਾਕਟਰ ਉੱਠ ਜਾਂਦਾ ਤੇ ਕੁਛ ਹੁਣ ਸਵੇਰ ਦੇ ਖੜੇ ਆ, ਹੁਣ ਡਾਕਟਰ ਨੇ ਕਹਿੰਦਾ ਮੈਂ ਹੜਤਾਲ ਕਰ ਹੜਤਾਲ ਆ ਡਾਕਟਰਾਂ ਦੀ। ਸਾਨੂੰ ਕੀ ਪਰੇਸ਼ਾਨੀ ਕਿਉਂ ਕਰ ਰੱਖਿਆ ਆਪ ਲੋਕਾਂ ਨੂੰ? ਮੰਗ ਇਹ ਕਰ ਰਹੇ ਸਰਕਾਰ ਨੂੰ ਵੀ, ਸਰਕਾਰ ਜਿਹੜੇ ਹਸਪਤਾਲ ਦੇ ਡਾਕਟਰ ਹੈ ਉਹਨਾਂ ਦੀ ਡਿਊਟੀ ਲਾਉਣ, ਵੀ ਮਰੀਜ਼ਾਂ ਨੂੰ ਚੈੱਕ ਕਰਨ। ਠੀਕ ਹੈ ਜੀ, ਜਿਹੜੇ ਹਸਪਤਾਲ ਆ ਰੋਜ਼ ਦੇ ਡਾਡੀ ਹੜਤਾਲ, ਕਦੇ ਕਿੱਥੇ ਹੜਤਾਲ ਕਦੇ ਕਿੱਥੇ ਹੜਤਾਲ ਆ ਜੀ। ਡਾਕਟਰ ਵੱਧ ਕਮਾਈ ਕਮਾਈ ਰਹਿੰਦੀ ਕੰਮ, ਉਹਨਾਂ ਨੂੰ ਡਾਕਟਰ ਦੱਸਣ ਵੀ ਡਾਕਟਰ ਕਿਵੇਂ ਵੱਧ ਰਹਿੰਦੀ ਹੈ। ਅਗਰ ਉਹਨਾਂ ਡਾਕਟਰ ਹਸਪਤਾਲ ਦੇ ਵਿੱਚ ਹੈ, ਸਰਕਾਰੀ ਵਿੱਚ ਹੈ, ਉਹ ਸਰਕਾਰੀ ਮਰੀਜ਼ ਚੈੱਕ ਕਰਨ, ਉਹਨਾਂ ਦੀ ਡਿਊਟੀ ਹੋਰ ਪਾਸੇ ਰਹਿੰਦੇ, ਗੌਰਮੈਂਟ ਭਰਤੀ ਕਰੇ, ਡਾਕਟਰ ਭਰਤੀ ਕਰੇ, ਕੁਛ ਵੀ ਕਰੇ, ਪਬਲਿਕ ਦਾ ਦੇਖੇ ਨਾ ਸਰਕਾਰ, ਪਬਲਿਕ ਨੂੰ ਦੇਖੇ ਪਬਲਿਕ ਕਿੰਨੀ ਪਰੇਸ਼ਾਨ ਹੈ। ਹੁਣ ਦੇਖੋ ਕਿੰਨਾ ਰਸ਼ ਹੈ, ਦੇਖੋ ਕਈ ਲੋਕ ਕਿਹੜੇ ਵਿਚਾਰੇ ਬਜ਼ੁਰਗ ਬੰਦੇ ਤੁਰੇ ਫਿਰਦੇ ਹੈ ਦਵਾਈ ਬਿਨਾਂ, ਉਹਦਾ ਸਾਰਾ ਕੀ ਕਸੂਰ ਹੈ? ਕੀ ਨਾਮ ਹੈ? ਮਨਦੀਪ ਕਰ। ਕਿੱਥੋਂ ਆਏ ਸੀ? ਪੁੰਦਰ ਤੋਂ। ਇਹ ਹਫਤਾ ਚ ਕਿਵੇਂ ਆਏ ਜੀ? ਮੈਡੀਸਨ ਲੈਣ ਆਏ ਸੀ ਡਾਕਟਰ ਹੜਤਾਲ ਤੇ ਜੀ, ਮੈਂ ਨੇਰੇ ਪਰਚੀ ਕਟਾਉਣ ਲਈ ਕਦੋਂ ਦੇ ਵੇਟ ਕਰਦੇ? ਡਾਕਟਰ ਕਹਿੰਦੇ ਸਾਡੇ ਤੋਂ ਵੱਧ ਕੰਮ ਲੈਂਦੇ ਆ, ਕਿਵੇਂ ਦੇਖਦੇ ਹੋ ਹੜਤਾਲ ਦੇ ਤਾਂ ਚੱਲੇ? ਕੋਈ ਤੇ ਦੇਖ ਤਾਂ ਰਿਹਾ ਹੀ ਨਹੀਂ ਕੀ ਕੰਮ ਵੱਧ ਲੈ ਰਹੇ ਨੇ, ਕਦੋਂ ਦੀ ਜਨਤਾ ਮੁੜੀ ਜਾਂਦੀ ਆਈ ਜਾਂਦੇ, ਕਿੰਨੇ ਟਾਈਮ ਦੇ ਖੜੇ ਨੇ? ਸਰਕਾਰ ਨੂੰ ਕਿਵੇਂ ਦੇਖਦੇ ਹੋ? ਸਰਕਾਰ ਨੂੰ ਬੜੀ ਉਮੀਦ ਨਾਲ ਲੋਕਾਂ ਨੇ ਬਣਾਇਆ ਸੀ, ਪਰ ਖੱਜਲ ਖੁਆਰੀ ਹੋ ਰਹੀ ਹੈ। ਠੀਕ ਹੈ, ਉਹਨਾਂ ਨੂੰ ਪੂਰੇ ਪ੍ਰਬੰਧ ਕਰਨੇ ਚਾਹੀਦੇ ਜੀ। ਲੋਕ ਐਵੇਂ ਖੱਜਲ ਖੁਆਰ ਹੋ ਰਹੇ ਆ ਤੇ ਕੰਮ ਕਰ ਛੱਡ ਕੇ ਆ ਰਹੇ ਆ। ਡਾਕਟਰ ਦੀ ਡਿਊਟੀ ਕਹਿੰਦੇ ਵੱਧ ਲੱਗਿਆ ਸਾਡੀ ਐਵੇਂ ਦੀ, ਕਿਹਦੇ ਦੇਖੀ ਅਸੀਂ? ਅਸੀਂ ਤਾਂ ਕੁਝ ਦੇਖਿਆ ਨਹੀਂ ਜੀ, ਪੂਰਾ ਪ੍ਰਬੰਧ ਹੋਊਗਾ ਫੇਰ ਹੀ ਆ, ਲੋਕ ਮੁੜੀ ਜਾਂਦੇ ਤੇ ਕੰਮ ਕਰ ਛੱਡ ਕੇ ਆਉਂਦੇ। ਸਰਕਾਰ ਨੂੰ ਸੋਚਣਾ ਚਾਹੀਦਾ ਲੋਕਾਂ ਬਾਰੇ। ਹੋਰ ਪਰਚੀਆਂ ਕਰਨੀਆਂ ਚਾਹੀਦੀਆਂ ਡਾਕਟਰ ਜੀ, ਮਰੀਜ਼ ਤੱਕ ਆਉਣ। ਹਾਂਜੀ ਹਾਂਜੀ।